ਸਮੁੱਚੇ ਪੰਜਾਬ ਦੇ ਵਿੱਚ ਜਿੱਥੇ ਕਿਤੇ ਵੀ ਜਿਹੜਾ ਉਹ ਮਾਨਯੋਗ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਚਾਹੁਣ ਵਾਲੇ ਲੋਕ ਆ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਿੱਥੇ ਕਿਤੇ ਵੀ ਉਹਨਾਂ ਦੀ ਰਿਸ਼ਤੇਦਾਰੀ ਯਾਰ ਦੋ ਸੱਜਣ ਮਿੱਤਰ ਜਲੰਧਰ ਲੋਕ ਸਭਾ 'ਚ ਰਹਿੰਦੇ ਆ ਤਾਂ ਉਹ ਸਾਰਿਆਂ ਨੂੰ ਪ੍ਰੇਰਿਤ ਕਰਨ ਕਿ ਮਾਨਯੋਗ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਵੋਟਾਂ ਪਾਉਣ, ਕਿਉਂਕਿ ਇਦੋਂ ਵਧੀਆ ਸਾਨੂੰ ਇਮਾਨਦਾਰ ਬੇਦਾਗ ਮਿਹਨਤੀ ਅਤੇ ਸਿਰੜੀ ਉਮੀਦਵਾਰ ਕਦੀ ਨਹੀਂ ਮਿਲਣਾ। ਇਹ ਪਹਿਲਾ ਮੌਕਾ ਆ ਦੁਆਬੇ ਵਾਲਿਆਂ ਨੂੰ ਕਿ ਇੰਨਾ ਅੱਛਾ ਪੜ੍ਹਿਆ ਲਿਖਿਆ ਅਤੇ ਯੋਗ ਉਮੀਦਵਾਰ ਸਾਨੂੰ ਮਿਲਿਆ ਆ, ਔਰ ਸਾਡੇ ਲਈ ਇਹ ਸਾਡੀ ਕੌਮ ਲਈ ਦੇਸ਼ ਲਈ ਸਮਾਜ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਆ। ਅਤੇ ਮੈਂ ਬੇਨਤੀ ਕਰਦਾ ਹਾਂ ਸਾਰੇ ਲੋਕਾਂ ਨੂੰ ਕਿ ਉਹ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਵੋਟਾਂ ਪਾਉਣ ਤਾਂ ਜੋ ਜਲੰਧਰ ਦੇ ਲੋਕਾਂ ਦਾ ਭਲਾ ਹੋ ਸਕੇ ਅਤੇ ਡਿਵੈਲਪਮੈਂਟ ਹੋ ਸਕੇ, ਔਰ ਆਉਣ ਵਾਲਾ ਸਮਾਂ ਜਿਹੜਾ ਸਾਡੇ ਸਮਾਜ ਦੇਸ਼ ਕੌਮ ਦੇ ਲਈ ਚੰਗਾ ਹੋ ਸਕੇ। ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਸਾਰਿਆਂ ਨੂੰ ਇੱਥੇ ਆਉਣ 'ਤੇ ਕਾਂਗਰਸ ਕਮੇਟੀ ਫਲੋਰ ਵੱਲੋਂ ਉਹਨਾਂ ਨੂੰ ਜੀ ਆਇਆਂ ਔਰ ਵੈਲਕਮ ਕਿਹਾ ਜਾਂਦਾ, ਔਰ ਸਾਰਿਆਂ ਨੂੰ ਪਤਾ ਹੈ ਕਿ 3 ਮਹੀਨੇ ਦੇ ਰਾਜ ਦੇ ਅੰਦਰ ਉਹਨਾਂ ਨੇ ਜੋ ਕੁਛ ਕਰਕੇ ਪੰਜਾਬ 'ਚ ਦਿਖਾਇਆ, ਔਰ ਸਭ ਤੋਂ ਜ਼ਿਆਦਾ ਸੀਟਾਂ ਦੁਆਬੇ ਦੇ ਅੰਦਰ ਚਰਨਜੀਤ ਚੰਨੀ ਜੀ ਦੀ ਰਹਿਨਮਾਈ ਹੇਠ ਦਿੱਤੀਆਂ ਗਈਆਂ। ਮਾਝੇ ਮਾਲਵੇ 'ਚ ਸੀਟਾਂ ਘੱਟ ਬਣੀਆਂ, ਇਸ ਕਰਕੇ ਕਾਂਗਰਸ ਹਾਈਕਮਾਂਡ ਨੇ ਬੜੀ ਫਰਾਕ ਦਿਲੀ ਦੇ ਨਾਲ ਇਹ ਫੈਸਲਾ ਲਿਆ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਬਣਾਇਆ ਜਾਵੇ। ਸੋ ਉਹਨਾਂ ਦੀ ਇਹ ਦੇਣ ਜਿਹੜੀ ਆ ਉਹ ਫਲੋਰ ਬਲਕਿ ਜ਼ਿਲ੍ਹਾ ਜਲੰਧਰ ਸਾਰਾ ਉਮਰ ਨਹੀਂ ਭੁੱਲ ਸਕਦਾ, ਕਿਉਂਕਿ ਐਡੇ ਸੂਝਵਾਨ ਔਰ ਨਧੜਕ ਲਾਗੂ ਅਤੇ ਲੋਕਾਂ ਦੇ ਦਿਲਾਂ ਦੀ ਧੜਕਣ ਜਿਨ੍ਹਾਂ ਨੂੰ ਟਿਕਟ ਦੇ ਕੇ ਨਵਾਜਿਆ, ਔਰ ਅਸੀਂ ਕਾਂਗਰਸ ਕਮੇਟੀ ਦਾ ਆਪਣੇ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਰਦਾਰ ਨਵਜੀਤ ਸਿੰਘ ਜੀ ਉਹਨਾਂ ਦੇ ਸਪੁੱਤਰ ਜਿਹੜੇ ਕਿ ਪਹੁੰਚ ਚੁੱਕੇ ਨੇ, ਚੰਦ ਮਿੰਟਾਂ ਦੇ ਵਿੱਚ ਚਰਨਜੀਤ ਚੰਨੀ ਜੀ ਇੱਥੇ ਤੁਹਾਡੇ ਨਾਲ ਤਸ਼ਰੀਫ ਫਰਮਾ ਹੋਣਗੇ। ਆਹ
ਹੋ ਗਏ ਹਸਬ ਦੀ ਜਮਾਇਤ ਚੜਿਆ।
ਬਹੁਤ ਸਾਰੇ।